ਠੰਡੇ ਜੇ ਹੋਏ ਬੈਠੇ ਲੱਗਦੇ ਆ, ਗਰਮ ਜੇ ਹੋ ਜਾਈਏ ਫਿਰ ਆਪਾਂ ਗੱਲਾਂ ਬਾਤਾਂ ਦਾ ਦੌਰ ਜਿਹੜਾ ਸ਼ੁਰੂ ਕਰਾਂਗੇ। ਪੰਜਾਬ ਅੱਜ ਆਪਣੀ ਮੌਤ ਨੂੰ ਬਚਾਉਣ ਦੇ ਲਈ, ਆਪਣੀਆਂ ਨਸਲਾਂ ਨੂੰ ਬਚਾਉਣ ਦੇ ਲਈ ਚੱਲਦੇ ਸੜਕਾਂ ਤੇ ਉਤਰਿਆ ਹੋਇਆ। ਪਰ ਮੈਂ ਇੱਕ ਗੱਲ ਖਾਸ ਤੌਰ ਤੇ ਨੌਜਵਾਨੀ ਨੂੰ ਕਹਿਣਾ ਚਾਹੁੰਦਾ ਕਿ ਨੌਜਵਾਨੋ, ਤੁਹਾਡੀਆਂ ਭਾਵਨਾਵਾਂ ਦੀ ਕਦਰ ਕਰਦੇ ਆ, ਤੁਹਾਡੇ ਜੋਸ਼ ਦੀ ਦਲੇਰੀ ਦੀ ਕਦਰ ਕਰਦੇ ਆ। ਤੁਹਾਡੇ ਕੋਲੇ ਜੋਸ਼ ਹੈ ਤੇ ਸਾਡੇ ਆਗੂਆਂ ਕੋਲੇ ਹੋਸ਼ ਹੈ। ਜੋਸ਼ ਤੇ ਹੋਸ਼ ਦਾ ਸੁਮੇਲ ਹੋਣਾ ਬੜਾ ਜ਼ਰੂਰੀ ਹੈ। ਇੱਕ ਗੱਲ ਨੂੰ ਚੇਤੇ ਰੱਖਿਓ ਕਿ ਲੜਾਈਆਂ ਉਹ ਜਿੱਤੀਆਂ ਜਾਂਦੀਆਂ ਨੇ ਜਿਹੜੀਆਂ ਲੜਾਈਆਂ ਜਾਤ ਦੇ ਵਿੱਚ ਰਹਿ ਕੇ ਲੜੀਆਂ ਜਾਂਦੀਆਂ ਨੇ, ਜਿਹੜੀਆਂ ਸੰਘਰਸ਼ ਸ਼ਾਂਤਮਈ ਤਰੀਕੇ ਨਾਲ ਲੜੇ ਜਾਂਦੇ ਨੇ ਉਹ ਸੰਘਰਸ਼ ਜਿੱਤੇ ਜਾਂਦੇ ਨੇ। ਮੈਂ ਖਨੌਰੀ ਵਾਲੇ ਪਾਸੇ ਸੀਗਾ, ਚੌਥੇ ਦੀ ਗੱਲ ਹੈ, ਲਗਾਤਾਰ ਜਿਹੜੇ ਉਹਦੇ ਗੋਲਾ ਉੱਥੇ ਗੋਲੀਆਂ ਅਥਰੂ ਗੈਸ ਸਿੱਟੇ ਜਾ ਰਹੇ ਸੀ। ਮੈਂ ਬੋਲ ਰਿਹਾ ਸੀ, ਪੰਜ ਸੱਤ ਨੌਜਵਾਨ ਆਏ, ਉਹ ਮੇਰੇ ਗਲ ਪੈ ਗਏ, ਕਹਿੰਦੇ ਬਾਈ ਕਹਾਂ ਨੀ ਜਾਂਦੇ, ਕਹਾਂ ਨੀ ਜਾਂਦੇ। ਮੈਂ ਕਿਹਾ ਨੌਜਵਾਨੋ, ਹਰ ਸੰਘਰਸ਼ ਦੀ ਇੱਕ ਨੀਤੀ ਹੁੰਦੀ ਹੈ। ਜਦੋਂ ਆਪਾਂ ਕੋਈ ਯੁੱਧ ਕੋਈ ਜੰਗਾਂ ਦੇ ਵਿੱਚ ਹੁੰਦੇ ਹਾਂ ਤਾਂ ਰਣਨੀਤੀ ਦੇ ਨਾਲ ਹੀ ਉਹ ਜੰਗਾਂ ਉਹ ਯੁੱਧ ਜਿੱਤੇ ਜਾਂਦੇ ਆ। ਆਪਣੇ ਸਾਹਮਣੇ ਸਭ ਤੋਂ ਵੱਡੀ ਉਦਾਹਰਨ ਹੈ ਸ੍ਰੀ ਗੁਰੂ ਗੋਬਿੰਦ ਸਿੰਘ ਆ, ਜਦੋਂ ਚਮਕੌਰ ਦੀ ਕੱਚੀ ਗੜੀ ਛੱਡ ਕੇ ਜਾਂਦੇ ਆ, ਤੁਹਾਨੂੰ ਕੀ ਲੱਗਦਾ ਉਸ ਵੇਲੇ ਬਥੇਰੇ ਉਹੋ ਜਿਹੇ ਹੋਣਗੇ ਵੀ ਇਹ ਚਲੇ ਗਏ ਜੀ, ਗੜੀ ਛੱਡ ਗਏ ਜੀ? ਪਰ ਵੱਧਦੇ ਤੁਰੇ ਗਏ, ਮੁਗਲ ਸੈਨਾਵਾਂ ਪਿੱਛੇ ਆਉਂਦੀਆਂ ਗਈਆਂ, ਉਹ ਖਦਰਾਣੀ ਢਾਬ ਤੇ ਜਾ ਕੇ ਮੋਰਚਾ ਮੰਨ ਲਿਆ ਤੇ ਦੁਸ਼ਮਣ ਦੇ ਛੱਕੇ ਛੁਡਾਏ ਸੀ। ਲੜਾਈ ਦਾ ਢੰਗ ਤਰੀਕਾ ਹੁੰਦਾ ਇੱਕ ਕਦਮ ਪਿੱਛੇ 10 ਅੱਗੇ, 2 ਕਦਮ ਪਿੱਛੇ 20 ਅੱਗੇ। ਆਪਾਂ ਨਾਲ ਦੀ ਨਾਲ ਇਹ ਗੱਲ ਕਹਿਣੀ ਸ਼ੁਰੂ ਕਰ ਦਿੰਦੇ ਹਾਂ ਕਿ ਸਾਡੇ ਜੀ ਇਹਦਾ ਆਗੂ ਵਿਕ ਗਏ ਜੀ, ਇਹ ਝੁਕ ਗਏ ਜੀ, ਇਹ ਪਿੱਛੇ ਹਟ ਗਏ ਜੀ। ਮੈਂ ਤੁਹਾਡੇ ਚੋਂ ਹੀ ਹਾਂ, ਜਦੋਂ ਆਪਾਂ 2020 ਵਾਲਾ ਅੰਦੋਲਨ ਲੜਿਆ, ਆਪਾਂ ਸਾਰੇ ਦਿੱਲੀ ਗਏ ਹਾਂ, ਉਦੋਂ ਮੈਂ ਵੀ ਗਾਲਾਂ ਕੱਢਦਾ ਹੁੰਦਾ ਸੀ ਤੁਹਾਡੇ ਨੂੰ, ਆਗੂ ਐਂ ਨੀ ਕਰਦੇ, ਆਗੂ ਐਂ ਨੀ ਕਰਦੇ। ਆਗੂਆਂ ਦੇ ਬਾਈ 30-40 ਸਾਲ ਦੇ ਤਜਰਬੇ ਨੇ। ਜੇ ਤੁਹਾਨੂੰ ਅੱਜ ਇਹ ਦਿੱਲੀ ਦਾ ਕਹਿ ਕੇ ਲੈ ਕੇ ਆਏ ਹੈ, ਸੱਦਾ ਦਿੱਤਾ, ਤਾਂ ਦਿੱਲੀ ਹਰ ਹਾਲ ਦੇ ਵਿੱਚ ਜਾਵਾਂਗੇ। ਪਰ ਆਗੂ ਦੇ ਉੱਤੇ ਜ਼ਿੰਮੇਵਾਰੀ ਵੀ ਬਹੁਤ ਵੱਡੀ ਹੁੰਦੀ ਹੈ। ਆਗੂ ਦੀ ਇੱਕ ਸੋਚ, ਇੱਕ ਸਮਝ ਹੁੰਦੀ ਹੈ ਕਿ ਮੈਂ ਨੁਕਸਾਨ ਘੱਟ ਤੋਂ ਘੱਟ ਕਰਾ ਕੇ ਮੋਰਚਾ ਕਿਵੇਂ ਜਿੱਤਣਾ। ਇਸ ਕਰਕੇ ਮੇਰਾ ਵੀ ਤੁਹਾਨੂੰ ਨੌਜਵਾਨੋਂ ਖਾਸ ਅਪੀਲ ਹੈ, ਸ਼ੱਕ ਨਾ ਕਰਿਓ। ਜਿਹੜੇ ਬੰਦੇ ਸਾਡੇ ਅੱਗੇ ਲੱਗੇ ਹੋਏ, ਸ਼ੱਕ ਨਾ ਕਰੋ ਕਿਸੇ ਤੇ। ਇਹ ਬਹੁਤ ਬਹੁਤ ਵਰਤਾਂਤ ਸਿਰਜੇ ਜਾ ਰਹੇ ਨੇ ਸੋਸ਼ਲ ਮੀਡੀਆ ਦੇ ਉੱਤੇ।
ਮੈਂ ਗੱਲ ਹੋਰ ਕਹਿਣੀ ਚਾਹੁੰਦਾ, ਜਿਹੜਾ ਵੀ ਬੰਦਾ ਜੇ ਗੱਲ ਕਹਿੰਦਾ ਹੈ ਕਿ ਸਾਨੂੰ ਸੱਦਾ ਨਹੀਂ ਦਿੱਤਾ, ਸੋ ਜਿਹੜੀਆਂ ਲੜਾਈਆਂ ਜਿਹੜੇ ਯੁੱਧ ਆਪਣੇ ਹੱਕਾਂ ਲਈ ਆਪਣੀ ਹੋਂਦ ਨੂੰ ਬਚਾਉਣ ਲਈ ਲੜੇ ਜਾਂਦੇ ਹੋਣ, ਉਹਨਾਂ ਲਈ ਸੱਦੇ ਨਹੀਂ ਦਿੱਤੇ ਜਾਂਦੇ, ਸੁਨੇਹੇ ਨਹੀਂ ਭੇਜੇ ਜਾਂਦੇ। ਜਿਨ੍ਹਾਂ ਅੰਦਰ ਦਰਦ ਹੁੰਦਾ, ਜਿਨ੍ਹਾਂ ਦੇ ਅਣਖ ਹੁੰਦੀ ਹੈ, ਉਹ ਆਪ ਚੱਲ ਕੇ ਆਉਂਦੇ ਆ। ਆ ਜਿੰਨੇ ਤੁਸੀਂ ਆਏ ਹੋ, ਮੈਂ ਤੁਹਾਡੇ ਚ ਆਪਾਂ ਨੂੰ ਸੱਦਾ ਗਿਆ, ਚਿੱਠੀ ਪਾਈ ਹੈ, ਆਪਾਂ ਦਰਦ ਲੈ ਕੇ ਆਏ ਹਾਂ ਤੇ ਆਪਣੀ ਹੋਂਦ ਆਪਣੇ ਵਜੂਦ ਨੂੰ ਬਚਾਉਣ ਲਈ ਆਏ ਹਾਂ, ਆਪਣੀਆਂ ਆਉਣ ਵਾਲੀਆਂ ਨਸਲਾਂ ਨੂੰ ਬਚਾਉਣ ਲਈ, ਆਪਣੇ ਭਵਿੱਖ ਨੂੰ ਬਚਾਉਣ ਲਈ ਆਏ ਹਾਂ। ਜਿਹੜਾ ਬੰਦਾ ਅੱਜ ਬੈਠ ਕੇ ਪੰਜਾਬ, ਇਹ ਗੱਲ ਯਾਦ ਰੱਖਿਓ, ਜਿਹੜਾ ਬੰਦਾ ਅੱਜ ਪੰਜਾਬ ਬੈਠ ਕੇ ਜਾਂ ਹੋਰ ਕਿਤੇ ਬੈਠ ਕੇ ਸੋਸ਼ਲ ਮੀਡੀਆ ਦੇ ਉੱਤੇ ਜਾਂ ਚੈਨਲਾਂ ਦੇ ਉੱਤੇ ਇਸ ਸੰਘਰਸ਼ ਦੇ ਖਿਲਾਫ ਮੋਰਚਾ ਖੋਲ ਰਿਹਾ, ਉਹ ਪੰਜਾਬ ਦਾ, ਉਹ ਸਾਡਾ ਸਕਾ ਨਹੀਂ ਹੋ ਸਕਦਾ। ਸੋ ਇਸ ਕਰਕੇ ਮੇਰਾ ਵੀਰ ਤੁਹਾਨੂੰ ਅਪੀਲ ਹੈ, ਨੌਜਵਾਨੋ, ਸ਼ਾਂਤੀ ਬਣਾ ਕੇ ਰੱਖਿਓ। ਸਰਕਾਰ ਦੇ ਢੰਗ ਤਰੀਕੇ ਹੁੰਦੇ ਆ ਵੀ ਮੀਟਿੰਗਾਂ ਦੇਈ ਜਾਓ ਜੀ, ਮੀਟਿੰਗ ਤੇ ਮੀਟਿੰਗ ਲਮਕਾਈ ਜਾਓ ਜੀ, ਇਦੂ ਬਾਅਦ ਕਹਿ ਦਿੰਦੇ ਚੋਣ ਜਾਬਤਾ ਲੈ ਕੇ ਜੀ ਵੋਟਾਂ ਆ ਗਈਆਂ। ਜਿਹੜੀ ਮਰਜ਼ੀ ਤੇ ਰਾਜੇ ਅੱਗੇ, ਮੰਨ ਲਓ 24 ਦੇ ਵਿੱਚ ਚਾਹੇ ਇਹ ਆ ਜਾਣ ਚਾਹੇ ਕੋਈ ਹੋਰ ਤੇ ਰਾਜੇ, ਸਮਾਂ ਤੇ ਤੂੰ ਮਾੜਾ ਹੀ ਆਉਣਾ। ਨਾਲੇ ਇਹ ਲੜਾਈ ਹੈ ਜਿਹੜੀ, ਇਹ ਲੜਾਈ ਕੋਈ ਕਿਸਾਨਾਂ ਦੀ ਨਹੀਂ, ਕੱਲਿਆਂ ਦੀ। ਇਹ ਮਸਲਾ ਕੱਲੀ MSP ਦਾ ਨਹੀਂ ਆ, ਜਾਂ ਕੱਲੀ ਲਖੀਮਪੁਰ ਖੀਰੀ ਦੀ ਘਟਨਾ ਦਾ ਨਹੀਂ ਹੈ। ਇਹ ਲੜਾਈ ਉਸ ਹਰ ਇਨਸਾਨ ਦੀ ਹੈ ਜਿਹੜਾ ਇਹ ਦੁਨੀਆਂ ਤੇ ਪੈਦਾ ਹੋਇਆ ਤੇ ਸਾਹ ਲੈ ਰਿਹਾ। ਤੁਹਾਨੂੰ ਕੀ ਲੱਗਦਾ ਵੀ ਆਪਾਂ ਕੱਲੇ ਸੜਕਾਂ ਤੇ ਆ? ਆ ਯੂਰਪ ਦੇਖੋ ਸੜਕਾਂ ਤੇ ਆ, ਉੱਤਰੀ ਅਮਰੀਕਾ ਦੇ ਕਈ ਦੇਸ਼ ਸੜਕਾਂ ਤੇ ਆ, ਕਈ ਅਫਰੀਕਨ ਮੁਲਕ ਸੜਕਾਂ ਤੇ ਆ। ਕਿਉਂ ਸੜਕਾਂ ਤੇ ਆ ਉਹ? ਕਿਉਂਕਿ ਨਿਊ ਵਰਲਡ ਆਰਡਰ ਆਇਆ। ਉਹ ਨਿਊ ਵਰਲਡ ਆਰਡਰ ਕਿਵੇਂ ਪੂਰੀ ਮਨੁੱਖਤਾ ਨੂੰ ਗੁਲਾਮ ਬਣਾਉਣਾ, ਕਿਵੇਂ ਪੂਰੀ ਦੁਨੀਆਂ ਦੇ ਭੋਜਨ ਤੇ ਕਬਜ਼ਾ ਕਰਨਾ, ਕਿਵੇਂ ਪੂਰੀ ਦੁਨੀਆਂ ਦੇ ਵਸੀਲੇ ਨੇ, ਧਰਤੀ ਆ ਚਾਹੇ ਪਾਣੀ ਆ ਚਾਹੇ ਹਵਾ ਹੈ, ਉਹਦੇ ਕਿਵੇਂ ਕਬਜ਼ਾ ਕਰਨਾ, ਇਹ ਉਹ ਨੀਤੀਆਂ ਨੇ। ਆਪਾਂ ਨੂੰ ਕੀ ਲੱਗਦਾ ਵੀ ਮੋਦੀ ਆ ਕਰ ਰਿਹਾ? ਮੋਦੀ ਇੱਕ ਪਿਆਦਾ, ਇੱਕ ਮੋਹਰਾ ਹੈ ਉਹ ਨਿਊ ਵਰਲਡ ਆਰਡਰ ਵਾਲਿਆਂ ਦਾ, ਉਹ ਉਹਨਾਂ ਵੱਡੇ ਵੱਡੇ ਕਾਰਪੋਰੇਟਾਂ ਦਾ। ਜਿਹੜਾ ਸਾਡਾ ਭਰਾ ਕੋਈ ਬੈਠਾ ਮਜ਼ਦੂਰ, ਇਹ ਗੱਲ ਕਹਿੰਦਾ ਕਿ ਲੜਾਈ ਇਕੱਲੇ ਕਿਸਾਨ ਦੀ ਆ, ਮਜ਼ਦੂਰ ਦੀ ਨਹੀਂ ਹੈ। ਕੋਈ ਦੁਕਾਨਦਾਰ ਕਹਿੰਦਾ ਕਿ ਲੜਾਈ ਇਕੱਲੇ ਕਿਸਾਨ ਲੜ ਰਹੇ ਆ, ਸਾਡੀ ਤਾਂ ਲੜਾਈ ਨਹੀਂ ਹੈਗੀ। ਜਦੋਂ ਨਿਊ ਵਰਲਡ ਆਰਡਰ ਨੇ ਆਉਣਾ, ਨੀਤੀਆਂ ਨੇ ਲਾਗੂ ਹੋਣਾ, ਤੁਹਾਡੀ ਕੁੱਲ ਚੀਜ਼ ਤੇ ਕਬਜ਼ਾ ਹੋ ਜਾਣਾ ਲੋਕਾਂ ਦਾ, ਤਾਂ ਕੀ ਇਕੱਲਾ ਕਿਸਾਨ ਪੀੜਿਤ ਹੋਊਗਾ? ਸਾਡੇ ਇਸ ਮੋਰਚੇ ਦੇ ਉੱਤੇ, ਇਸ ਸੰਘਰਸ਼ ਦੇ ਵਿੱਚ ਇੱਕ ਮੰਗ ਇਹ ਵੀ ਹੈ ਵੀ ਭਾਈ ਜਿਹੜੇ ਸਾਡੇ ਨਰੇਗਾ ਵਾਲੇ ਮਜ਼ਦੂਰ ਨੇ, ਉਹਨਾਂ ਦੀ ਦਿਹਾੜੀ 700 ਰੁਪਇਆ ਕੀਤੀ ਜਾਵੇ। ਇਹ ਇਕੱਲੇ ਕਿਸਾਨ ਦੀ ਗੱਲ ਨਹੀਂ ਹੋ ਰਹੀ, ਇਕੱਲੀ MSP ਦੀ ਗੱਲ ਨਹੀਂ ਹੋ ਰਹੀ। ਅੱਜ ਵੱਡੇ ਵੱਡੇ ਮਾਲ ਖੁੱਲ੍ਹ ਗਏ, ਵੱਡੀਆਂ ਵੱਡੀਆਂ ਦੁਕਾਨਾਂ ਖੁੱਲ੍ਹ ਗਈਆਂ ਵੱਡੇ ਵੱਡੇ ਘਰਾਣਿਆਂ ਦੀਆਂ। ਅੱਜ ਛੋਟਾ ਦੁਕਾਨਦਾਰ ਖਤਮ ਹੋ ਗਿਆ, ਬਾਜ਼ਾਰ ਖਤਮ ਹੋ ਗਏ। ਕੀ ਇਹ ਲੜਾਈ ਉਹਨਾਂ ਦੀ ਨਹੀਂ ਆ? ਪਿਛਲੇ ਕਿਸਾਨੀ ਮੋਰਚੇ ਦੌਰਾਨ ਅਸੀਂ ਬਠਿੰਡੇ ਰਿਲਾਇੰਸ ਮਾਰਕੀਟ ਹੈ, ਉਹ ਰੋਕ ਲਈ। ਉਹਦੀ 60 ਲੱਖ ਰੁਪਇਆ ਇੱਕ ਦਿਨ ਦੀ ਸੇਲ ਸੀ। ਬਠਿੰਡੇ ਧੋਬੀ ਬਾਜ਼ਾਰ ਹੈ, ਮੈਂ ਉੱਥੇ ਵਗ ਗਿਆ, ਦੁਕਾਨਦਾਰ ਇਕੱਠੇ ਕੀਤੇ। ਮੈਂ ਕਿਹਾ ਵੀ ਜਿੱਦਣ ਦੀ ਰਿਲਾਇੰਸ ਮਾਰਕੀਟ ਬੰਦ ਹੋਈ ਹੈ, ਗਾਹਕ ਵਧਿਆ,
ਕਹਿੰਦੇ ਪੂਰਾ ਹੀ ਫਰਕ ਪੈ ਗਿਆ। ਮੈਂ ਤੁਸੀਂ ਆਉਂਦੇ ਕਿਉਂ ਨੀ, ਲੜਾਈ ਤਾਂ ਤੁਹਾਡੀ ਵੀ ਹੈਗੀ ਇਹ। ਸੋ ਪਰ ਆਪਾਂ ਨੂੰ ਇਹ ਨਖੇੜ ਰਹੇ ਆ, ਦਫਾੜ ਕਰ ਰਹੇ ਆ ਵੀ ਨਹੀਂ ਜੀ ਇਕੱਲਾ ਪੰਜਾਬ ਲੜ ਰਿਹਾ ਜਾਂ ਹਰਿਆਣਾ ਲੜ ਰਿਹਾ ਜਾਂ ਇਕੱਲੇ ਕਿਸਾਨ ਲੜ ਰਹੇ ਆ। ਇੱਥੇ ਹਰ ਉਹ ਬੰਦਾ ਲੜ ਰਿਹਾ ਜਿਹੜਾ ਬੰਦਾ ਸਾਹ ਲੈ ਰਿਹਾ। ਸੋ ਇਸ ਕਰਕੇ ਨੂੰ ਸਮਝਣ ਦੀ ਕੋਸ਼ਿਸ਼ ਕਰੋ ਕਿ ਬੜੀਆਂ ਚਾਲਾਂ ਗੋਦੀ ਮੀਡੀਆ ਬੜੀਆਂ ਚਾਲਾਂ ਚੱਲ ਰਿਹਾ, ਕਹਿੰਦਾ ਜੀ ਪੱਥਰਬਾਜ਼ ਇਕੱਠੇ ਹੋਏ ਆ ਪੱਥਰ ਮਾਰਦੇ ਆ, ਉਹੀ ਮਾਹੌਲ ਸਿਰਜਣ ਦੀ ਕੋਸ਼ਿਸ਼ ਹੋ ਰਹੀ ਆ। ਸੋ ਮੇਰਾ ਵੀਰ ਏਕਾ ਤੇ ਸਬਰ ਬਣਾ ਕੇ ਰੱਖਿਓ, ਸਬਰ ਦਾ ਮੁਕਾਬਲਾ ਸਬਰ ਨਾਲ ਕਿਵੇਂ ਕਰਨਾ। ਸਾਡੇ ਕੋਲੇ ਸਭ ਤੋਂ ਵੱਡੀਆਂ ਧਾਰਨਾ ਨੇ ਪੰਜਵੇਂ ਪਾਤਸ਼ਾਹ ਗੁਰੂ ਅਰਜਨ ਦੇਵ ਜੀ, ਨੌਵੇਂ ਪਾਤਸ਼ਾਹ ਗੁਰੂ ਤੇਗ ਬਹਾਦਰ ਜੀ, ਕਿਵੇਂ ਜਬਰ ਜ਼ੁਲਮ ਦਾ ਮੁਕਾਬਲਾ ਸਬਰ ਨਾਲ ਕੀਤਾ ਸੀ। ਸੋ ਨੌਜਵਾਨੋ, ਮੈਂ ਫਿਰ ਤੁਹਾਡੇ ਕੋਲੇ ਖਾਸ ਮੇਰੀ ਅਪੀਲ ਹੈ, ਬੜਾ ਫਿਕਰ ਹੁੰਦਾ ਯਾਰ ਜਦੋਂ ਨੌਜਵਾਨੀ ਮੂਹਰੇ ਜਾਂਦੀ ਹੈ ਤੇ ਉਹ ਇੱਕ ਮੁੰਡਾ ਹਰਪਾਲਪੁਰ ਦਾ ਆਪਣੇ ਇੱਥੇ ਨੇੜੇ ਹਰਪਾਲਪੁਰ ਪਿੰਡ ਹੈ, ਉਹਦੀ ਅੱਖ ਚਲੀ ਗਈ ਇੱਕ, ਉਹਨਾਂ ਨੇ ਗੋਲੀ ਮਾਰੀ, ਉਹ ਰਬੜ ਜਿਹੀ ਦੀ ਆਨੇ ਚ ਲੱਗੀ ਆ। ਉਧਰ ਇੱਕ ਖਲੌਰੀ ਵਾਲੇ ਪਾਸੇ ਲੱਤ ਟੁੱਟੀ ਆ ਨੌਜਵਾਨ ਦੀ, ਕਈਆਂ ਦੇ ਕਿੰਨੇ ਸ਼ਰਲੇ ਬੱਚੇ ਨੇ। ਸੋ ਆਗੂਆਂ ਨੂੰ ਤੁਹਾਡਾ ਵੀ ਇਕੱਲੇ ਇਕੱਲੇ ਦਾ ਫਿਕਰ ਆ ਬਾਈ, ਕਹਿੰਦਾ ਪਹਿਲੇ ਕਹਿੰਦਾ ਤੁਹਾਡੀ ਲੋੜ ਆ ਬਹੁਤ ਵੱਡੀ ਹਰੇ ਪੰਜਾਬ ਨੂੰ, ਪਰ ਵਾਹ ਪੈ ਜਾਣਗੇ ਰਾਹ ਪੈ ਜਾਣਗੇ। ਜਦੋਂ ਸੰਘਰਸ਼ਾਂ ਨਾਲ ਵਾਹ ਪੈਂਦਾ ਹੈ ਤਾਂ ਫਿਰ ਪਤਾ ਲੱਗਦਾ ਵੀ ਸੰਘਰਸ਼ ਲੜੇ ਕਿਵੇਂ ਜਾਂਦੇ ਆ, ਜਿੱਤੇ ਕਿਵੇਂ ਜਾਂਦੇ ਆ। ਸੋ ਨੌਜਵਾਨੋ, ਇਹੀ ਤੁਹਾਡੇ ਨਾਲ ਵਾਅਦਾ ਕਰਦਾ, ਮੈਂ ਅੱਜ ਇਹਨਾਂ ਆਗੂ ਸਾਹਿਬਾਨਾਂ ਨਾਲ ਵੀ ਮੀਟਿੰਗ ਕਰਨੀ ਆ, ਇਹੀ ਕਹਿਣ ਆਏ ਆ ਕਿ ਇਹ ਮੋਰਚਾ ਹਰ ਹਾਲ ਚ ਫਤਿਹ ਹੋਣਾ। ਜਦੋਂ ਆਪਾਂ ਦਿੱਲੀ ਬੈਠੇ ਸੀ ਨਾ, ਬਹੁਤ ਮੀਡੀਆ ਮੇਰੇ ਅੱਗੇ ਸਵਾਲ ਕਰਦਾ ਸੀ ਕਿ ਯਾਰ ਇਹ ਕੀ ਬਣੂਗਾ, ਮੈਂ ਕਿਹਾ ਕੁਛ ਨੀ ਬਣਦਾ, ਜਿੱਤ ਕੇ ਜਾਵਾਂਗੇ। ਸੋ ਆਪਾਂ ਜਿੱਤ ਕੇ ਆਏ। ਇਹ ਗੱਲ ਹੋਰ ਮੇਰੀ ਬੇਨਤੀ ਆ, ਆਪਾਂ ਮੇਰਾ ਵੀ ਇਹੋ ਜਿਹਾ ਮਾਹੌਲ ਨਾ ਖੜਾ ਕਰਿਆ ਕਰਕੇ, ਜੇ ਫਲਾਨਾ ਬੰਦਾ ਆਊਗਾ ਫਲਾਨੇ ਬੰਦੇ ਨੂੰ ਘੇਰਾਂਗੇ, ਫਲਾਨੇ ਨਾਲ ਐਂ ਕਰਾਂਗੇ, ਫਲਾਨੇ ਨਾਲ ਐਂ ਕਰਾਂਗੇ। ਜਿਹੜਾ ਬੰਦਾ ਇੱਥੇ ਆਉਂਦਾ ਪਿਛਲੇ ਬਖਰੇਵੇਂ ਛੱਡ ਦੋ ਜਿਹਦੇ ਨਾਲ ਤੁਹਾਡੇ ਹੈਗੇ ਆ, ਉਹਨੂੰ ਤਾਂ ਕੋਈ ਗੱਲ ਨੀ ਬਾਈ, ਸੰਘਰਸ਼ ਦੇ ਵਿੱਚ ਅਸੀਂ ਆਪਣਿਆਂ ਖਿਲਾਫ਼ ਮੋਰਚਾ ਨਹੀਂ ਖੋਲਣਾ। ਸਾਡੀ ਟੱਕਰ ਦਿੱਲੀ ਨਾਲ ਹੈ, ਸਾਡਾ ਰੌਲਾ ਦਿੱਲੀ ਨਾਲ ਹੈ, ਸਾਡਾ ਰੌਲਾ ਆਪਣੇ ਨਾਲ ਹੈ। ਸੋ ਇਸ ਕਰਕੇ ਮੇਰਾ ਵੀਰ ਬੇਨਤੀ ਹੈ, ਸਬਰ ਏਕਾ ਸ਼ਾਂਤੀ ਬਣਾ ਕੇ ਰੱਖਿਓ, ਕੋਈ ਗੱਲ ਨੀ ਤੁਹਾਡੇ ਨਾਲ ਵਾਅਦਾ ਕਰਦੇ ਹਾਂ ਯਾਰ। ਜਦੋਂ ਅੱਗੇ ਲੱਗਣਾ ਹੋਇਆ ਨਾ ਵੀ ਹੁਣ ਆਪਾਂ ਐਲਾਨ ਹੋ ਗਿਆ ਆਗੂਆਂ ਦਾ ਵੀ ਤੋੜਨਾ, ਤੇ ਜੇ ਕੋਈ ਤੁਹਾਡੇ ਚ ਜਿੰਨੇ ਤੇ ਆਗੂ ਖੜੇ ਮੇਰੇ ਵਰਗੇ ਖੜੇ ਹੈ ਤੇ ਪਿੱਛੇ ਤਾਂ ਕਿਹੋ ਪਿੱਛੇ ਖੜੇ ਆ ਜੀ, ਤਾਂ ਸੋ ਧੰਨਵਾਦ ਸਾਰੀ ਸੰਗਤ ਦਾ, ਬਣਾਈ ਰੱਖੋ ਇੱਥੇ ਮਾਹੌਲ ਨੂੰ, ਪਿੱਛੇ ਜਿੰਨੇ ਵੀ ਆਪਣੇ ਪੰਜਾਬ ਚ ਹਲੇ ਬੈਠੇ ਹੈ ਸੁਨੇਹੇ ਭੇਜੋ ਵੀ ਭਾਈ ਕੋਈ ਰਹਿ ਨਾ ਜਾਵੇ, ਸਾਰਿਆਂ ਨਾਲ ਤੁਸੀਂ ਇੱਥੇ ਆ ਕੇ। ਹਾਂਜੀ ਬਾਈ, ਬੰਦੀ ਸਿੰਘਾਂ ਦੀ ਗੱਲ ਬਾਈ ਜ਼ਰੂਰ ਹੈ, ਮੈਂ ਤਾਂ ਬਹੁਤ ਚਿਰ ਦਾ ਕਰਦਾ ਆ ਰਿਹਾ ਕਿ ਲੜਾਈ ਉੱਥੇ ਲਿਆ ਕੇ ਆਪਾਂ ਖੜਾ ਦਿੰਦੇ ਹਾਂ ਕਿ ਲੜਾਈ ਇਕੱਲੇ ਕਿਸਾਨ ਦੀ ਹੋ ਰਹੀ ਹੈ, ਗੱਲ ਇਕੱਲੀ MSP ਦੀ ਜ਼ਮੀਨਾਂ ਬਚਾਉਣ ਦੀ ਹੋ ਰਹੀ ਹੈ, ਉਹ ਜਿਵੇਂ ਹਮਲਾ ਕਰ ਰਹੇ ਨੇ। ਹੁਣ ਤੁਸੀਂ ਦੇਖੋ ਗੱਲ ਅੱਜ ਹੋਰ ਸੁਣ ਲਓ, ਆਪਣੇ ਜਿੰਨੇ ਨੌਜਵਾਨ NSA ਲੱਗੀ ਹੈ ਡਿਬਰੂਗੜ੍ਹ ਬੈਠੇ ਹੈ, ਉਹ ਅੱਜ ਭੁੱਖ ਹੜਤਾਲ ਤੇ ਬਹਿ ਗਏ ਦੁਬਾਰੇ। ਕਿਉਂ ਬਹਿ ਗਏ? ਇੱਕ ਕੋਈ ਸਪਾਈ ਕੈਮਰੇ ਹੁੰਦੇ ਹੈ ਜੇਲ੍ਹ ਦੇ ਵਿੱਚ, ਜਿੰਨੇ ਬਲਮ ਲੱਗੇ ਉਹਨਾਂ ਦੇ ਕਮਰਿਆਂ ਦੇ ਵਿੱਚ, ਉਹਨਾਂ ਦੇ ਗੁਸਲਖਾਨਿਆਂ ਦੇ ਵਿੱਚ, ਉਹਨਾਂ ਦੇ ਪੱਖਿਆਂ ਦੇ ਉੱਤੇ ਸਪਾਈ ਕੈਮਰੇ ਲਾਤੇ, ਉਹ ਰਿਕਾਰਡਿੰਗ ਕਰਦੇ ਆ, ਉਹਨਾਂ ਨੂੰ ਪਤਾ ਲੱਗ ਗਿਆ
ਕਹਾਣੀ ਕੀ ਹੋਈ ਧਿਆਨ ਨਾਲ ਸੁਣ ਲਿਓ। ਕਹਿੰਦੇ ਤੁਹਾਡੇ ਬੈਰਕਾਂ ਦੇ ਵਿੱਚ ਟੈਲੀਵਿਜ਼ਨ ਲੱਗੇ ਆ, ਪੱਖੇ ਲੱਗੇ ਆ, ਠੀਕ ਕਰਕੇ ਜਾਣੇ, ਮੂਹਰੇ ਗਰਮੀ ਆਉਂਦੀ ਹੈ। ਇਸ ਬਹਾਨੇ ਬਾਹਰੋਂ ਬੰਦੇ ਆਏ, ਉਹ ਬਲਬਾਂ ਦੇ ਵਿੱਚ ਪੱਖਿਆਂ ਦੇ ਵਿੱਚੋਂ ਕੈਮਰੇ ਲਾ ਕੇ ਰਿਕਾਰਡਿੰਗਾਂ ਲਾ ਗਏ। ਇੱਕ ਪਾਸੇ ਦਾ ਭਵੰਤ ਕਹਿੰਦਾ ਕਿ ਮੈਂ ਪੰਜਾਬ ਨਾਲ ਹੈ, ਇਹ ਮੁੱਕਰਦੇ ਆ। ਆ ਇੱਥੇ ਇਹਨਾਂ ਦਾ ਜਿਹੜਾ ਇੱਕ ਦਿਨ ਹਰਜੋਤ ਬੈਂਸ ਮੰਤਰੀ ਹੈ ਕਿਸੇ ਸਿੰਘ ਨੇ ਘੇਰਦਾ ਸੀ ਗੁਰੂ ਘਰ, ਵੀ ਤੁਸੀਂ NSA ਲਾਈ ਹੈ, ਜਵਾਬ ਦੇ ਕੇ ਜਾਇਓ। ਹੁਣ ਇਹ ਕਹਿੰਦੇ NSA ਸੈਂਟਰ ਨੇ ਲਾਈ ਹੈ, ਇਹ ਝੂਠ ਬੋਲਦੇ ਆ। NSA ਲੱਗੀ ਹੈ ਪੰਜਾਬ ਸਰਕਾਰ ਵੱਲੋਂ, NSA ਲਾਈ ਗਈ ਹੈ DC ਅੰਮ੍ਰਿਤਸਰ ਦੇ ਕਹਿਣ ਤੇ। ਜੋ ਉਹਨਾਂ ਆਪਣੇ ਬੰਦੀ ਸਿੰਘਾਂ ਅੰਦਰ ਬੈਠਿਆਂ ਨਾਲ ਹੋ ਰਿਹਾ ਉਹ ਸਾਰਾ ਇਹਨਾਂ ਦੇ ਕਹਿਣ ਤੇ ਹੋ ਰਿਹਾ। ਪਾਤੜੀ ਆਪਾਂ ਮਸ਼ੀਨਾਂ ਮੰਗਾਂਗਾ ਸੀ JCB ਕਨੌਰੀ, ਮੈਂ ਅਪੀਲ ਕੀਤੀ ਸੀ ਵੀ ਮਸ਼ੀਨਾਂ ਲੈ ਕੇ ਆਓ ਭਾਈ, ਉਵੇਂ ਟੁੱਟਣਾ ਨਹੀਂ। ਆਪਣੇ ਉੱਥੋਂ ਨੌਜਵਾਨ ਮੁੰਡੇ ਮਸ਼ੀਨਾਂ ਲੈ ਕੇ ਆ ਗਏ, ਉਹ ਲਿਆ ਕੇ ਪਾਤੜੀ 500-700 ਪੁਲਿਸ ਮੁਲਾਜ਼ਮਾਂ ਨੇ ਘੇਰ ਕੇ ਮਸ਼ੀਨ ਫੜ ਲਈ, ਘੱਗੇ ਥਾਣੇ 'ਚ ਲੈ ਗਏ। ਇੱਥੋਂ ਗਿਆ ਜਾਂ ਲੱਗੇ ਮੈਂ ਉਦੇ, ਇੱਥੇ ਮੈਨੂੰ ਫੋਨ ਆਇਆ, ਮੈਂ ਤੰਬੂ 'ਚ ਬੈਠਾ ਸੀ ਜਿਹੜਾ ਆ ਘੁਮਾਉਣ ਦਾ ਤੰਬੂ ਆ ਪਿੱਛੇ। ਇੱਥੋਂ ਮੈਂ ਗਿਆ ਚੱਲ ਕੇ ਉੱਥੇ ਜਾ ਕੇ ਚਲੋ ਜੋ ਵੀ ਹੋਇਆ ਮਸ਼ੀਨ ਛਡਾ ਲਈ, ਪਰ ਪ੍ਰਸ਼ਾਸਨ ਕੀ ਕਹਿੰਦਾ ਸੀ ਵੀ ਮਸ਼ੀਨ ਛੱਡ ਦੇਣੇ, ਗਾਹਾਂ ਨਹੀਂ ਜਾਣ ਦੇਣੀ। ਉਹਨੇ ਭਵੰਤ ਫੈਸਲਾ ਕਰ ਲਏ ਵੀ ਪੰਜਾਬ ਨਾਲ ਹੈ ਜਾਂ ਦਿੱਲੀ ਨਾਲ ਹੈ। ਇੱਕ ਪਾਸੇ ਕਹਿੰਦਾ ਮੈਂ ਤੁਹਾਡੇ ਨਾਲ ਹੈ, ਮੈਂ ਤੁਹਾਡਾ ਹਰ ਪੱਖੋਂ ਮਦਦ ਕਰੂੰਗਾ, ਪਰ ਦੂਜੇ ਪਾਸੇ ਸਾਡੀਆਂ ਟਰਾਲੀਆਂ ਦੀ ਤਲਾਸ਼ੀ, ਸਾਡੀਆਂ ਗੱਡੀਆਂ ਦੀ ਤਲਾਸ਼ੀ ਲਈ ਜਾ ਰਹੀ ਹੈ, ਸਾਡੀਆਂ ਜਿਹੜਾ ਵੀ ਸਮਾਨ ਪਿੱਛੋਂ ਅਸੀਂ ਮੰਗਾਉਂਦੇ ਹਾਂ ਰੋਕਿਆ ਜਾ ਰਿਹਾ ਹੈ। ਕੀ ਪੰਜਾਬ ਪੁਲਿਸ ਨੂੰ ਹਦਾਇਤ ਜਾਂ ਹੁਕਮ ਕੋਈ ਮੋਦੀ ਕਰ ਰਿਹਾ ਕਿ ਭਵੰਤ ਕਰ ਰਿਹਾ ਹੈ, ਜਵਾਬ ਕੌਣ ਦੇਊਗਾ? ਸੋ ਭਰਾਵੋ ਇੱਥੇ ਤੁਹਾਡਾ ਸੱਕਾ ਕੋਈ ਨਹੀਂ ਹੈ। ਇੱਕ ਪਾਸੇ ਬਾਦਲ ਕਹਿੰਦੇ ਆ ਅਸੀਂ ਕਿਸਾਨਾਂ ਨਾਲ ਹੈ, ਅੰਦਰ ਖਾਤੇ ਮੀਟਿੰਗਾਂ BJP ਨਾਲ ਚੱਲੀ ਜਾਂਦੀਆਂ ਵੀ ਗੱਠਜੋੜ ਕਰਨਾ। ਸੋ ਇਸ ਕਰਕੇ ਸਮਝਣ ਦੀ ਕੋਸ਼ਿਸ਼ ਕਰੋ ਮੇਰਾ ਵੀਰ, ਮੈਂ ਵਾਰ ਵਾਰ ਬੇਨਤੀ ਕਰਦਾ, ਛੇਤੀ ਆਪਾਂ ਬੰਦੇ ਨੂੰ ਪਤਾ ਕੀ ਹੈ ਅਸਮਾਨ ਚੱਕ ਦਿੰਦੇ ਹਾਂ, ਜਿੰਦਾਬਾਦ ਜਿੰਦਾਬਾਦ ਤੇਰੀ ਸੋਚ ਤੇ ਪਹਿਲਾਂ ਦਿਆਂਗੇ ਠੋਕ ਕੇ, ਛੇਤੀ ਗਦਾਰ ਦਾ ਫਤਵਾ ਦੇ ਦਿੰਦੇ ਹਾਂ ਵੀ ਗਦਾਰ ਇਹਦਾ ਮਾੜਾ ਵਿਕ ਗਿਆ ਝੁੱਕ ਗਿਆ। ਐਂ ਨਹੀਂ ਹੁੰਦਾ ਬਾਈ, ਹੁਣ ਤੁਸੀਂ ਦੇਖਿਆ ਹੀ ਉੱਥੇ ਯਾਰ, ਮੈਂ ਇੱਥੋਂ ਗਿਆ ਚੱਲ ਕੇ, ਉੱਥੇ ਨੌਜਵਾਨ ਉੱਠ ਕੇ ਮੇਰੀ ਗੱਲ ਪੈ ਗਏ। ਮੈਂ ਇਹੀ ਗੱਲ ਕਹੀ ਸੀ, ਮੈਂ ਤੁਸੀਂ ਫੈਸਲਾ ਕਰ ਲਓ, ਤੁਹਾਨੂੰ ਇਹ ਮੀਡੀਆ 'ਚ ਗੱਲ ਆਈ, ਮੈਨੂੰ ਸਵਾਲ ਪੁੱਛਿਆ, ਮੈਂ ਜਵਾਬ ਦੇ ਦਿੰਦਾ ਬਾਈ ਉਹਦਾ। ਮੈਂ ਇੱਥੋਂ ਗਿਆ ਉੱਥੇ, ਮੈਂ ਜਾ ਕੇ ਦੋ ਥਾਈ ਮੋਰਚਾ ਲੱਗਿਆ ਵਾ ਸੀਗਾ, ਇੱਕ ਨਿਆਲ ਚੌਂਕ ਬਾਈ ਦਾ ਉੱਥੇ, ਇੱਕ ਪਰਲੇ ਪਾਏ ਚੌਂਕ 'ਚ। ਚਲੋ ਗੱਡੀ ਗਾਹਾਂ ਗਈ ਨਹੀਂ, ਗੱਡੀ ਅਸੀਂ ਲੋਕੀ ਨਿਆਲ ਚੌਂਕ 'ਚ ਉਤਰੇ, ਉਹ ਚੌਂਕ 'ਚੋਂ ਅਸੀਂ ਗਾਹਾਂ ਅਗਲੇ ਚੌਂਕ 'ਚ ਵਗ ਗਏ। ਮੈਂ 10-15 ਮਿੰਟ ਉੱਥੇ ਬੋਲਿਆ, ਉੱਥੇ DSP ਵਿਰਕ ਹੈ, ਬਲਦੇਵ ਸਿੰਘ ਸਿਰਸਾ ਮੇਰੇ ਨਾਲ ਸੀ, ਉਹਨੂੰ ਫੋਨ ਆਇਆ ਬਲਦੇਵ ਸਿੰਘ ਸਿਰਸੇ ਨੂੰ ਵੀ ਅਸੀਂ ਜੀ ਤੁਹਾਡੀ ਮਸ਼ੀਨ ਛੱਡ ਦਿੰਦੇ ਹਾਂ, ਘੱਗੇ ਥਾਣੇ ਖੜੀ ਹੈ। ਮੈਂ ਸਿਰਸੇ ਨੂੰ ਕਿਹਾ, ਮੈਂ ਪੁਲਿਸ ਝੂਠ ਮਾਰਦੀ ਹੈ, ਆਪਾਂ ਘੱਗੇ ਥਾਣੇ 'ਚ ਮਸ਼ੀਨ ਦੇਖ ਕੇ ਆਉਣੀ ਹੈ। ਅਸੀਂ ਬੈਠੇ ਗੱਡੀ 'ਚ ਗਏ ਦੋਨੇ, ਜਦੋਂ ਦੇਖ ਲਿਆ ਵੀ ਲੱਖੇ ਅਰਗੇ ਆ ਗਏ, ਪੁਲਿਸ ਵਾਲਾ ਬਾਹਰ ਖੜਾ ਸੀ ਸੱਚੋ ਥਾਣੇ ਦੇ ਬਾਹਰ 'ਚ, ਹੋਰ ਮੁਲਾਜ਼ਮ ਵੀ ਖੜੇ ਸੀ, ਬਾਰੀ ਖੁੱਲੀ ਸੀ ਦਰਵਾਜ਼ੇ ਦੀ ਗੇਟ ਦੀ, ਬਾਕੀ ਬਾਹਰ ਲੱਗਿਆ ਵਾ ਸੀ ਥਾਣੇ ਦਾ, ਉਹ ਨਾਲ ਦੀ ਦਾ ਅੰਦਰ ਵੜ ਕੇ ਸੱਚੇ ਅੰਦਰੋਂ ਕੁੰਡੀ ਲਾ ਲਈ ਬਾਰੀ ਦੀ। ਅਸੀਂ ਗਾਹਾਂ ਗਏ, ਬਲਦੇਵ ਸਿੰਘ ਨੇ ਪੁੱਛਿਆ ਵੀ ਭਾਈ ਬਲਦੇਵ ਸਿੰਘ ਸਿਰਸਾ ਮੈਂ ਆਇਆ, ਬਾਹਰ ਖੁੱਲੋ ਗੱਲ ਕਰਨੀ ਹੈ, ਖੋਲੀ ਨਹੀਂ। ਮੈਂ ਸਿਰਸੇ ਨੂੰ ਕਿਹਾ, ਮੈਂ ਸਿਰਸਾ ਸਾਹਿਬ ਇਹ ਨਹੀਂ ਸੁਣਦੇ, ਆਪਾਂ ਚੱਲ ਗਏ ਜਿੱਥੇ ਆਪਣਾ ਮੋਰਚਾ ਲੱਗਿਆ ਵਾ। ਉੱਥੇ ਗਏ ਬਾਈ, 5-7 ਜਾਣੇ ਪਹਿਲੇ ਵੀਡੀਓ ਤਿਆਰ ਕਰੀ ਬੈਠੇ ਸੀ, ਐਂ ਜਿਵੇਂ ਦੀਪ ਦੇ ਨਹੀਂ ਮਗਰ ਪੈ ਗਏ, ਉਦੋਂ ਦੀਪ ਦੇ ਮਗਰ ਪਏ ਤੇ ਮਗਰ ਵੀਡੀਓ ਬਣਾ ਲਈ, ਭੱਜ ਗਿਆ ਉਹ, ਭੱਜ ਗਿਆ ਬਾਈ, ਪਹਿਲੇ ਵੀਡੀਓ ਤਿਆਰ ਤੇ ਮੈਂ ਟਾਕੀ ਖੋਲ ਕੇ ਉਤਰਿਆ। ਮੈਂ ਦੱਸੋ ਯਾਰ, ਮੈਂ ਤੁਹਾਨੂੰ ਇਹੀ ਕਹਿਣਾ ਵੀ ਜੇ ਮਸ਼ੀਨ ਆਪਾਂ ਇੱਥੇ ਮੰਗਾਉਣੀ ਹੈ ਤਾਂ ਆਪਾਂ ਇੱਥੇ ਬੈਠੇ ਰਹੋ, ਜੇ ਆਪਣੇ ਕੋਲ ਰਾਤ ਨੂੰ ਪੈਣ ਦਾ ਪ੍ਰਬੰਧ ਹੈਗਾ,
ਨਹੀਂ ਉਹ ਕਹਿੰਦੇ ਅਸੀਂ ਮਸ਼ੀਨ ਉੱਥੇ ਮਨਜੀਤ ਨਿਆਲ ਪਿੰਡ ਤੋਂ ਕਿਸਾਨ ਜਥੇਬੰਦੀ ਦਾ ਆਗੂ ਹੈ ਉਹਦੇ ਘਰੇ ਅਸੀਂ ਮਸ਼ੀਨ ਪਹੁੰਚਾ ਦਿੰਦੇ ਹਾਂ ਵੀ ਆਹ ਜਿਹੜਾ ਤੁਹਾਡਾ ਇੱਥੋਂ ਵਾਲਾ ਚੌਂਕ ਹੈ ਖਾਲੀ ਕਰਕੇ ਦੂਜੇ ਚੌਂਕ 'ਤੇ ਵਗ ਦੇ ਇੱਥੋਂ ਦੀ ਮਸ਼ੀਨ ਲੰਘਾਉਣੀ ਹੈ ਅਸੀਂ ਜੇ ਇੱਥੋਂ ਦੀ ਹੁਣ ਲੰਘਾਵਾਂਗੇ ਤਾਂ ਫਿਰ ਕਲੇਸ਼ ਖੜਾ ਹੋਊਗਾ ਹੁਣ ਪਤਾ ਨਹੀਂ ਮੈਂ ਸਮਝ ਨਹੀਂ ਰਿਹਾ ਵੀ ਕੌਣ ਉਹ ਲੋਕ ਨੇ ਉਹ ਸਰਕਾਰ ਦੇ ਪਲਾਨ ਕੀਤੇ ਹੋਏ ਲੋਕ ਨੇ ਜਾਂ ਕਈ ਵਾਰੀ ਉਹੀ ਮਸ਼ਹੂਰੀ ਲੈਣੀ ਹੁੰਦੀ ਹੈ ਵੀ ਫਲਾਨੇ ਬੰਦੇ ਨੂੰ ਘੇਰ ਲਿਆ ਜੀ ਫਲਾਨਾ ਭਜਾ ਲਿਆ ਜੀ ਦੀਪ ਦੇ ਮਗਰ ਕਿੰਨਾ ਚਿਰ ਪਏ ਰਹੇ ਉਦੋਂ ਇਹ ਪਲਟੀਨਾ ਲੈ ਕੇ ਭੱਜ ਗਿਆ ਮੋਟਰਸਾਈਕਲ ਲੈ ਕੇ ਭੱਜ ਗਿਆ ਹੋਇਆ ਕਿ ਨਹੀਂ ਹੋਇਆ ਸੋ ਮੈਨੂੰ ਵੀ ਐਂ ਲੱਗਿਆ ਮੈਂ ਯਾਰ ਜੇ ਬੰਦਿਆਂ ਨੇ ਮੇਰੇ ਨਾਲ ਗੱਲ ਕਰਨੀ ਹੁੰਦੀ ਤਾਂ ਬਹਿ ਕੇ ਗੱਲ ਕਰਦੇ ਯਾਰ ਜਾਂ ਮੈਨੂੰ ਬਾਹਰ ਮੈਨੂੰ ਗੱਡੀ 'ਚ ਨਿਕਲ ਜਾਂਦਾ ਮੈਂ ਨਾਲ ਖੜ ਕੇ ਗੱਲ ਕਰ ਲੈਂਦੇ ਮੈਨੂੰ ਤਾਂ ਗੱਲ ਮੈਂ ਵਿੱਚੀ ਬੈਠਾ ਪਹਿਲੀ ਵੀਡੀਓ ਸ਼ੁਰੂ ਕਰ ਲਈ ਮੈਂ ਕਿਹਾ ਵੀ ਤੂੰ ਸੁਣਿਆ ਹੋਣਾ ਮੈਂ ਕਿਹਾ ਬਾਈ ਵੀਡੀਓ ਨਾ ਬਣਾਓ ਯਾਰ ਗੱਲ ਤਾਂ ਕਰ ਲਓ ਗੱਲ ਕੀ ਹੈ ਸੋ ਬਾਈ ਇਹੋ ਜਿਹੀਆਂ ਗੱਲਾਂ ਤੋਂ ਵੀ ਗੁਰੇਜ਼ ਕਰਿਓ ਜੇ ਇਹੋ ਜਿਹੇ ਬੰਦੇ ਵੀ ਬਣਦੇ ਆ ਆਪਦੇ ਬੰਦੇ ਦੇ ਖਿਲਾਫ਼ ਨਾ ਮਾਹੌਲ ਖੜਾ ਕਰਿਆ ਕਰੋ ਲੜਨ ਵਾਲੇ ਤੁਹਾਡੇ ਕੋਲ ਰਹਿ ਕਿੰਨੇ ਗਏ ਆ ਫਾਇਰ ਦੀ ਵੀ ਸੁਣ ਲਓ ਬਾਈ ਜਦੋਂ ਮਾਹੌਲ ਇੰਨਾ ਬਣ ਗਿਆ ਨਾ ਰਾਤ ਨੂੰ ਦਾਰੂ ਪੀਤੀ ਬੰਦਿਆਂ ਦੀ ਡਾਂਗਾਂ ਚੱਕੀਆਂ ਉਹਨਾਂ ਦੇ ਕੋਲੇ 100-150 ਬੰਦਾ ਇੱਕ ਗੱਡੀ ਤੇ ਚੜ੍ਹ ਕੇ ਆ ਕੇ ਤਾਂ ਫਿਰ ਉਹ ਸਿਕਿਉਰਿਟੀ ਨੇ ਫਾਇਰ ਕੀਤੇ ਆ ਜੋ ਉਸ ਕਹਾਣੀ ਹੋਈ ਆ ਹਾਂ ਹਾਂ ਮੇਰੇ ਬੰਦੇ ਨੇ ਚਲਾਇਆ ਮੈਂ ਕਦੋਂ ਕਹਿਣਾ ਮੈਂ ਇਹ ਨਹੀਂ ਕਹਿੰਦਾ ਵੀ ਉੱਥੇ ਕੋਈ ਹੋਰ ਆ ਕੇ ਫਾਇਰ ਕਰ ਗਿਆ ਜਦੋਂ ਸਾਡੇ ਉੱਤੇ ਗੱਡੀਆਂ ਨਹੀਂ ਚੜ੍ਹ ਗਏ ਆ ਕੇ ਬੰਦੇ ਹੁਣ ਇੰਨਾ ਬਾਈ ਹਜੂਮ ਇੱਥੇ ਖੜਾ ਡਾਂਗਾਂ ਲੈ ਕੇ ਮੇਰੇ ਦਾਲੇ ਹੋ ਕੀ ਕਰੂੰਗਾ ਬਾਈ ਬੰਦਾ ਕਰੂਗੀ ਨਾਲੇ ਯਾਰ ਮੈਨੂੰ ਦੱਸੋ ਮੈਂ ਤਾਂ ਚੱਲ ਕੇ ਇੱਥੋਂ ਗਿਆ ਉੱਥੇ 2 ਘੰਟਿਆਂ 'ਚ ਕਿੰਨੀ ਵਾਰ ਇੱਥੇ ਬੈਠੇ ਰਾਤ ਦਾ ਟਾਈਮ ਹੈ ਮੈਂ ਕਿਹੜਾ ਉੱਥੇ ਆਪਦੀ ਖਾਤਰ ਮੈਂ ਉਹਨਾਂ ਨੂੰ ਕਹਿੰਦੇ ਸੁਨੇਹਾ ਆਇਆ ਮੈਂ ਤਾਂ ਗਿਆ ਵੀ ਬਾਈ ਆਹ ਮਸ਼ੀਨ ਘੇਰ ਲਈ ਮੈਂ ਯਾਰ ਮੈਂ ਆ ਗਿਆ ਜੇ ਮੈਂ ਕਹਿੰਦਾ ਮਾਰਾ ਬਾਈ ਸੰਭੂ ਬੈਠਾ ਮੇਰੀ ਗੱਲ ਪੈਂਦੇ ਆ ਇਸ ਕਰਕੇ ਸਾਰਾ ਮਾਹੌਲ ਇੰਨਾ ਤਣਾਅਪੂਰਨ ਸੀ ਉਸ ਵੇਲੇ ਰਾਤ ਦਾ ਟਾਈਮ ਦਾਰੂ ਰਿੱਕ ਦੀ ਪੀਤੀ ਜਿਹਨੂੰ ਮੈਂ ਸਮਝਾਵਾ ਉਹ ਗੱਲ ਪਵੇ ਇੱਥੇ ਮਾਝਾ ਜਾਂਦੇ ਆ ਉੱਧਰ ਸਾਡੇ ਵਾਲੇ ਜਾਂਦੇ ਆ ਤੁਸੀਂ ਨਾਲੇ ਘੱਟ ਪੀਂਦੇ ਹੋ ਸਾਡੇ ਵਾਲੇ ਦਾ ਪੰਦਰ ਪਤਾ ਨੀ ਇਸ ਕਰਕੇ ਤਾਂ ਮੈਂ ਤੁਹਾਨੂੰ ਕਹਿਣਾ ਬਾਈ ਜਿਹੜਾ ਬੰਦਾ ਇੱਥੇ ਆਉਂਦਾ ਸਾਡੇ ਬਖਰੇਵੇਂ ਹੋਣਗੇ ਕੋਈ ਗੱਲ ਨੀ ਮਗਰੋਂ ਨਜਿੱਠੇ ਜਾਣਗੇ ਇਹ ਗੱਲ ਮੈਂ ਦਿੱਲੀ ਤੁਸੀਂ ਦੇਖੋ ਯਾਰ ਮੈਨੂੰ 26 ਜਨਵਰੀ ਨੂੰ ਸਟੇਜ ਤੋਂ ਗਦਾਰ ਲਾਂਦੇ ਆ ਵੀ ਲੱਖਾਂ ਦੇ ਦੀਪ ਗਦਾਰ ਆ ਦੋਨਾਂ ਨੂੰ ਗਦਾਰ ਕਿਹਾ ਗਿਆ ਮੇਰੇ ਮੂੰਹ ਦੇ ਵਿੱਚੋਂ ਸ਼ਬਦ ਸੁਣਿਆ ਤੁਸੀਂ ਹਾਲ ਤੱਕ ਮੈਂ ਕਿਸੇ ਆਗੂ ਦੇ ਖਿਲਾਫ ਜਥੇਬੰਦੀ ਦੇ ਖਿਲਾਫ਼ ਬੋਲਿਆ ਹੋਵਾਂ ਕਹਿੰਦੇ ਮੈਂ ਇੱਕੋ ਹੀ ਗੱਲ ਜਾਣਦਾ ਮੇਰਾ ਮੇਰੀ ਸੋਚ ਉਸ ਵੇਲੇ ਵੀ ਇਹੀ ਸੀ ਤੇ ਅੱਜ ਵੀ ਇਹੀ ਹੈ ਉਦੋਂ ਹੀ ਮੈਨੂੰ ਇਹ ਲੱਗਦਾ ਵੀ ਮੈਂ ਜੇ ਪੰਜਾਬ ਹਾਰ ਗਿਆ ਪੰਜਾਬ ਨੇ ਮੁੜ ਕੇ ਉੱਠਣਾ ਨਹੀਂ ਅੱਜ ਵੀ ਮੈਂ ਸੋਚਦਾ ਵੀ ਜੇ ਪੰਜਾਬ ਦਾ ਇੱਥੇ ਨੁਕਸਾਨ ਹੋ ਗਿਆ ਨਾ ਪੰਜਾਬ ਨੇ 5-10 ਸਾਲ ਮੁੜ ਕੇ ਉੱਠਣਾ ਨਹੀਂ ਬਾਈ ਮਨੋਬਲ ਟੁੱਟ ਜਾਂਦਾ ਲੋਕਾਂ ਦਾ ਤਾਂ ਮੈਂ ਸਾਰੀਆਂ ਗੱਲਾਂ ਕਿਸੇ ਬੰਦੇ ਨੂੰ ਸਟੇਜ ਤੋਂ ਖੜ ਕੇ ਗਦਾਰ ਕਿਹਾ ਗਿਆ ਹੋਵੇ ਤੇ ਬੰਦਾ ਅੰਦਰ ਹੀ ਪੀ ਜੇ ਗੱਲ ਯਾਰ ਤੁਸੀਂ ਇੰਨੇ ਖੜੇ ਕਿਸੇ ਨੂੰ ਕਹਿਣ ਬੰਦਾ ਕਿੰਨਾ ਰਿਐਕਟ ਕਰਦਾ ਕਿਉਂ ਗੁੱਸਾ ਤਾਂ ਹਰ ਬੰਦੇ ਨੂੰ ਆਉਂਦਾ ਨਾ ਪਰ ਮੈਂ ਇੱਕ ਵਾਰ ਕਹਿਣਾ ਕਿ ਇਹ ਲੜਾਈ ਬਾਈ ਪੰਜਾਬ ਦੇ ਸੰਦਰਭ ਵਿੱਚ ਆ ਸਾਡੀ ਸੱਭਿਅਤਾ ਨੂੰ ਵਿਰਾਸਤ ਨੂੰ ਬਚਾਉਣ ਦੀ ਲੜਾਈ ਆ ਤੁਹਾਡੇ ਇਕੱਲੀਆਂ ਜ਼ਮੀਨਾਂ ਤੇ ਨਹੀਂ ਤੁਹਾਡੀ ਬੋਲੀ ਤੇ ਤੁਹਾਡੇ ਇਤਿਹਾਸ ਤੇ ਤੁਹਾਡੇ ਪਾਣੀਆਂ ਤੇ ਤੁਹਾਡੀ ਕੁੱਲ ਚੀਜ਼ ਤੇ ਹਮਲਾ ਹੈ ਪੰਜਾਬ ਖਾਲੀ ਹੋਈ ਜਾਂਦਾ ਭਈਏ ਪੰਜਾਬ ਤੇ ਕਬਜ਼ੇ ਕਰੀ ਜਾਂਦੇ ਆ ਇਹ ਵੀ ਇੱਕ ਬਹੁਤ ਵੱਡੇ ਤਰੀਕੇ ਨਾਲ ਪੰਜਾਬ ਦੀ ਡੈਮੋਗ੍ਰਾਫੀ ਬਦਲੀ ਜਾ ਰਹੀ ਹੈ ਇਹ ਹਾਲਾਤ ਆਉਣ ਵਾਲੇ ਸਮੇਂ ਹੋਰ ਵੀ ਖਤਰਨਾਕ ਹੋਣੇ ਆ ਪਰ ਅਸੀਂ ਕੀ ਕਰਦੇ ਆ ਸਾਡੇ ਲੋਕ ਹੀ ਭਈਆਂ ਨੂੰ ਘਰਾਂ 'ਚ ਬਿਠਾਉਂਦੇ ਆ ਆਪਣਿਆਂ ਦੇ ਖਿਲਾਫ਼ ਹੁੰਦੇ ਆ ਆਹ ਮੰਡੀਆਂ ਦੇ ਵਿੱਚ ਭਈਏ ਆਪਣੇ ਬੰਦੇ ਨੂੰ ਕੁੱਟਦੇ ਹੁੰਦੇ ਆ ਸਾਡੇ ਬੰਦੇ ਖੜ ਕੇ ਤਮਾਸ਼ਾ ਦੇਖਦੇ ਹੁੰਦੇ ਆ ਐਂ ਜਾਂ ਵੀਡੀਓ ਬਣਾਉਂਦੇ ਹੁੰਦੇ ਆ
ਇਹ ਜਿਹੜੇ ਆਉਣ ਵਾਲੇ ਹਾਲਾਤ ਆ, ਮੈਂ ਤਾਂ ਸੁਚੇਤ ਕਰ ਰਿਹਾ, ਚਕੰਨੇ ਕਰ ਰਿਹਾ, ਬੜੇ ਭਿਆਨਕ ਨੇ ਬਾਈ। ਆਪਣੇ ਖਿਲਾਫ਼ ਨਾ ਲੜੋ ਯਾਰ, ਨਾ ਲੜੋ। ਲੜਨਾ ਤਾਂ ਦੁਸ਼ਮਣ ਦੇ ਖਿਲਾਫ਼ ਇਕੱਠੇ ਹੋ ਕੇ ਲੜੋ। ਸਾਡੇ ਬਖਰੇਵੇਂ ਉੱਡੇ ਵੱਡੇ ਨਹੀਂ ਹੈ, ਇੱਡੇ ਵੱਡੇ ਹਮਲੇ ਨੇ। ਜਿਸ ਕਰਕੇ ਸਾਰੀ ਸੰਗਤ ਦਾ ਧੰਨਵਾਦ ਬਾਈ। ਲੰਗਰ ਦਾ ਪ੍ਰਬੰਧ, ਹਾਂ ਬਿਲਕੁਲ। ਇਹ ਬੰਦੇ ਆਪਣੇ ਵਾਰਦੇ ਨੇ। ਆਪਾਂ ਦਿੱਲੀ ਵੀ ਦੇਖਿਆ ਵੀ ਬੁੜੀਆਂ ਵੀ ਵਿੱਚ ਹੋਈਆਂ ਛੱਡ ਦਿੰਦੇ ਸੀ ਉਦੋਂ, ਬੰਦੇ ਵੀ ਕਿੰਨੇ ਫੜੇ ਉਦੋਂ, ਹੁਣ ਵੀ ਆਪਣੇ ਬੰਦੇ ਵਾੜ ਕੇ ਕੋਈ ਵੀ ਗੜਬੜ ਸ਼ਰਾਬ ਕਰਾਉਣਗੇ। ਕਿਸੇ ਨੂੰ ਮੈਂ ਹੋਰ ਦੱਸਦਾ ਗੱਲ, ਜਿਹੜੀ ਹੋਰ ਸਾਰੇ ਧਿਆਨ ਚ ਰੱਖਿਓ, ਜਿੰਨੇ ਤੁਸੀਂ ਇੱਥੇ ਖੜੇ ਹੋ, ਇੱਥੇ ਘੱਟੋ ਘੱਟ ਇੰਨੇ ਥਾਂ ਜਿੰਨੇ ਆਪਾਂ ਖੜੇ ਹਾਂ, ਘੱਟੋ ਘੱਟ 50 ਬੰਦੇ CID ਦੇ ਖੜੇ ਹੋਣੇ ਦਿੱਲੀ ਮੋਰਚੇ ਦੇ ਵਿੱਚ। ਇੱਕ IB ਦਾ DSP ਰੈਂਕ ਦਾ ਬੰਦਾ ਉੱਥੇ ਜੋੜੀ ਪਾਸ ਕਰੀ ਗਿਆ ਬੈਠਾ 13 ਮਹੀਨੇ। ਸਾਡੇ ਜਾਇਆ ਕਰਨ, ਕਹਿਣ ਯਾਰ ਜੋੜੇ ਮੁਫਤੀ ਪਾਸ ਕਰਦਾ, ਇਹਦੇ ਕੋਲੋਂ ਕਰਾਉਣੇ ਆ। ਉਹ ਸਾਰੀਆਂ ਗੱਲਾਂ ਦਾ ਭੇਤ ਲੈ ਕੇ ਗਾਹਾਂ ਦੱਸਦਿਆ ਕਰੇ। ਤੁਹਾਡੇ ਕੋਲ ਤੰਬੂ ਜਾ ਕੇ ਬੈਠਣਗੇ, ਟਰਾਲੀ ਚ ਬੈਠਣਗੇ, ਲੰਗਰ ਵਰਤਾਉਣਗੇ। ਦਾੜੇ ਵੀ ਨੇ ਮੂੰਹਾਂ ਤੇ, ਦਸਤਾਰਾਂ ਵੀ ਨੇ, ਗਾਦਰੇ ਪਾਏ ਹੋਏ ਨੇ। ਲੱਗਦਾ ਬੰਦਾ ਸਾਡਾ ਜਾਂ ਹਰੀ ਪੱਗ ਬੰਨੀ ਹੈ, ਝੰਡਾ ਕੋਲੇ ਚੱਕਿਆ, ਸਭ ਤੋਂ ਵੱਧ ਜਿੰਦਾਬਾਦ ਕਿਸਾਨ ਮਜ਼ਦੂਰ ਏਕਤਾ ਜਿੰਦਾਬਾਦ, ਬੰਦਾ CID ਦਾ ਹੁੰਦਾ। ਇਹ ਗੱਲਾਂ ਦਾ ਖਿਆਲ ਰੱਖਿਓ। ਜੋ ਦਿੱਲੀ ਮੇਰੇ ਪਰਚੇ ਹੋਏ ਨਾ, ਤੇ ਮੇਰੀ ਜ਼ਮਾਨਤ ਹੋਈ ਤੇ ਮੈਂ ਉੱਥੇ ਸਪੈਸ਼ਲ ਦਿੱਲੀ ਮੇਰੀ ਪੇਸ਼ੀ ਪੈਂਦੀ ਰਹੀ। 20 ਦਿਨ ਬੁਲਾਇਆ ਮੈਨੂੰ ਉਹਨਾਂ ਨੇ ਉੱਥੇ ਨਾ, ਮੁੰਡੇ ਮੈਂ ਨਾ ਸਰਫੀਆਂ ਲਈ ਫਿਰਨ ਪੁਲਿਸ ਵਾਲੇ ਟਰਾਲੀ ਚ ਬੈਠੇ, ਸਟੇਜ ਤੇ ਬੈਠੇ ਦੀਆਂ, ਉਹ ਮੈਨੂੰ ਦਿਖਾਉਣ ਲੱਗ ਗਏ। ਮੈਂ ਤੁਸੀਂ ਪੁਲਿਸ ਚੋਂ? ਕਹਿੰਦੇ ਹਾਂ ਬਾਈ, ਆਈ ਬੈਠੇ ਸਰਫੀਆਂ ਲੈ ਜਾਂਦੇ ਆ। ਗੱਲ ਚੜ੍ਹਦੀ ਕਲਾ ਦੀ ਕਰਨੀ ਹੈ, ਢਹਿੰਦੀ ਕਲਾ ਦੀ ਗੱਲ ਨਹੀਂ ਕਰਨੀ। ਤੁਹਾਡਾ ਇੱਕ ਇੱਕ ਲਿਆ ਹੋਇਆ ਸਾਧ CID ਨੂੰ ਪੁੱਟਕ ਦੇਣਾ ਹੁੰਦਾ, ਦੱਸਣਾ ਹੁੰਦਾ ਇਹ ਕੀ ਸੋਚਦੇ ਆ, ਮਨੋਬਲ ਟੁੱਟ ਗਿਆ ਕਿ ਚੜ੍ਹਦੀ ਕਲਾ ਚ ਹੈ ਜਾਂ ਰਣਨੀਤੀ ਕੀ ਆ। ਹੁਣ ਆਪਾਂ ਨੂੰ ਪਤਾ ਨਾ, ਆਪਾਂ 10 ਬੰਦੇ ਬੈਠੇ ਹੁੰਦੇ ਆ, ਕੋਈ ਲੰਗਰ ਹਾਲ ਚ ਬੈਠੇ ਆ, ਲੰਗਰ ਛਕੀ ਜਾਂਦੇ ਆ ਜਾਂ ਲੰਗਰ ਲਾਹੀ ਜਾਂਦੇ ਆ, ਪਕਾਈ ਜਾਂਦੇ ਆ, ਬਣਾਈ ਜਾਂਦੇ ਆ, ਜਾਂ ਟਰਾਲੀ ਚ ਬੈਠੇ ਆ, ਇੱਕ ਬੰਦਾ ਉਹਨਾਂ ਦਾ ਬੈਠਾ ਹੁੰਦਾ ਵਿੱਚ। ਆਪਾਂ ਸਾਰੀ ਬੋਲੀ ਜਾਂਦੇ ਨੇ, ਐਂ ਕਰ ਲਓ, ਐਂ ਕਰਾਂਗੇ, ਐਂ ਕਰਾਂਗੇ। ਹੁਣ ਮੈਨੂੰ ਤਾਂ ਪਰਖ ਜੀ ਹੋਣ ਲੱਗ ਗਈ ਇਹਨਾਂ ਦੇ ਬੰਦਿਆਂ ਦੀ, ਇਹਨਾਂ ਦੇ ਬੰਦਿਆਂ ਦੀ ਅੱਖੀ ਨਹੀਂ ਰਲਦੀ ਹੁਣ। ਗੌਰ ਤੁਸੀਂ ਵੀ ਰੱਖਿਓ। ਸੋ ਇਹ ਗੱਲਾਂ ਮੇਰਾ ਵੀ, ਸਾਰੀਆਂ ਸੁਚੇਤ ਰਹੋ, ਚਕੰਨੇ ਰਹੋ, ਬਹੁਤ ਗੜਬੜਾਂ ਇਹ ਕਰਨਗੇ। ਪਰ ਮੈਂ ਅਪੀਲ ਕਰਦਾ ਵਾਰੀ ਵਾਰੀ ਨੌਜਵਾਨ, ਤੁਹਾਨੂੰ ਖਾਸ ਅਪੀਲ ਆ ਬਾਈ, ਤੁਹਾਡਾ ਮੇਰੇ ਨਾਲ ਬੜਾ ਮੈਂ ਲਗਾ ਨੌਜਵਾਨੀ ਦੇ ਨਾਲ, ਕਿਉਂਕਿ ਤੁਸੀਂ ਤੁਹਾਡੇ ਵਿੱਚ ਮੈਂ ਬਹੁਤ ਕੁਛ ਦੇਖਦਾ ਬਾਈ, ਤੁਹਾਡੇ ਵਿੱਚ ਮੈਂ ਆਪਣੇ ਆਪ ਨੂੰ ਵੀ ਦੇਖਦਾ। ਤਾਂ ਮੇਰੀ ਅਪੀਲ ਆ ਮੇਰਾ ਵੀਰ, ਦੇਖਿਓ ਕੋਈ ਵੀ ਇਸ ਤਰ੍ਹਾਂ ਦੀ ਕਾਰਵਾਈ ਹਿੰਸਕ ਨਾ ਹੋ ਜੇ, ਮਾਹੌਲ ਨਾ ਹੋ ਜਾ ਬਣਾ ਦੇਈਏ ਕਿ ਸਾਰੀ ਕੀਤੀ ਕਰਾਈ ਆਪਣੀ ਤੇ ਪੰਜਾਬ ਨੇ ਮੁੜ ਕੇ ਪੈਰਾਂ ਤੇ ਨਹੀਂ ਆਉਣਾ। ਜਾਵਾਂਗੇ ਦਿੱਲੀ, ਹਰ ਹਾਲ ਜਾਵਾਂਗੇ, ਇਹੀ ਗੱਲ ਸਾਡੇ ਆਗੂ ਕਹਿ ਕੇ ਆਏ ਹੈ। ਇਹ ਮੋਰਚਾ ਫਤਿਹ ਕਰਕੇ ਜਾਵਾਂਗੇ, ਤੇ ਜੋ ਮਰਜ਼ੀ ਹੋ ਜਾਏ ਮੋਰਚਾ ਫਤਿਹ ਹੋਊਗਾ। ਹੁਣ ਆਪਾਂ 2 ਕੁ ਜਕਾਰੇ ਲਾਈਏ, ਮਾਹੌਲ ਨੂੰ ਦੁਬਾਰਾ ਵਧੀਆ ਬਣਾ ਕੇ, ਪਤਾ ਲੱਗੇ ਉਹ ਖੜੇ ਆ ਵੀ ਹਾਂ ਬਈ। ਤੇ
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ।